ਤੁਸੀਂ ਵੇਖ ਰਹੇ ਹੋ ਲਿਵਿੰਗ ਇੰਡੀਆ ਨਿਊਜ਼। ਇੱਕ ਮਹਿਲਾ ਪੁਲਿਸ ਮੁਲਾਜ਼ਮ ਨੂੰ ਵੀ ਕੁੱਟਿਆ ਗਿਆ, ਇੱਕ ਪੁਲਿਸ ਮੁਲਾਜ਼ਮ ਦੀ ਬਾਹ ਤੱਕ ਤੋੜ ਦਿੱਤੀ ਗਈ ਹੈ। ਵੱਡੀ ਖਬਰ ਜਲੰਧਰ ਤੋਂ, ਜਿੱਥੇ ਪੁਲਿਸ ਮੁਲਾਜ਼ਮਾਂ ਦੇ ਨਾਲ ਕੁੱਟਮਾਰ ਹੋਈ ਹੈ। ਝਗੜੇ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਤੇ ਪੁਲਿਸ ਨਾਲ ਕੁੱਟਮਾਰ ਕੀਤੀ ਗਈ, ਪੁਲਿਸ ਮੁਲਾਜ਼ਮਾਂ ਨਾਲ ਕੁੱਟਮਾਰ ਕੀਤੀ ਗਈ। ਮੌਕੇ ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਨਾਲ ਕੁੱਟਮਾਰ ਕੀਤੀ ਗਈ ਹੈ। ਇਸ ਵੇਲੇ ਦੀ ਵੱਡੀ ਖਬਰ, ਤਸਵੀਰਾਂ ਵੀ ਤੁਹਾਨੂੰ ਲਗਾਤਾਰ ਵਿਖਾ ਰਿਹਾ। ਜਲੰਧਰ ਦੀ ਇਹ ਘਟਨਾ, ਜਿੱਥੇ ਸ਼ਿਕਾਇਤ ਮਿਲਣ ਤੋਂ ਬਾਅਦ PCR ਪਹੁੰਚੀ ਤੇ ਪੁਲਿਸ ਮੁਲਾਜ਼ਮਾਂ ਦੇ ਨਾਲ ਵੀ ਉੱਥੇ ਕੁੱਟਮਾਰ, ਜਿਨ੍ਹਾਂ ਲੋਕਾਂ ਲਈ ਸ਼ਿਕਾਇਤ ਕੀਤੀ ਗਈ ਸੀ ਉਹਨਾਂ ਨੇ ਹੀ ਕੀਤੀ। ਝਗੜੇ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਤੇ ਹੁਣ ਪੁਲਿਸ ਮੁਲਾਜ਼ਮਾਂ ਦੇ ਨਾਲ ਹੀ ਕੁੱਟਮਾਰ ਕੀਤੀ ਗਈ ਹੈ। ਸੋ ਤਸਵੀਰਾਂ ਤੁਸੀਂ ਵੇਖ ਰਹੇ ਹੋ, ਮੌਕੇ ਤੇ ਪੁਲਿਸ ਮੁਲਾਜ਼ਮ ਪਹੁੰਚੇ ਜਿੱਥੇ ਉਹਨਾਂ ਨਾਲ ਕੁੱਟਮਾਰ ਕੀਤੀ ਗਈ ਹੈ, ਤਸਵੀਰ ਵੀ ਤੁਸੀਂ ਵੇਖ ਸਕਦੇ ਹੋ। ਸ਼ਿਕਾਇਤ ਪੁਲਿਸ ਕੋਲ ਆਈ ਸੀ ਕਿ ਕੁਛ ਮੁੰਡੇ ਨਸ਼ਾ ਕਰਕੇ, ਜਾਂ ਕਹੀਏ ਕਿ ਸ਼ਰਾਬ ਦੇ ਨਸ਼ੇ ਸਤੂਤ ਨੇ ਤੇ ਹੰਗਾਮਾ ਕਰ ਰਹੇ ਨੇ। ਸ਼ਿਕਾਇਤ ਤੋਂ ਬਾਅਦ PCR ਦੀ ਟੀਮ ਮੌਕੇ ਤੇ ਪਹੁੰਚੀ ਤੇ PCR ਮੁਲਾਜ਼ਮਾਂ ਦੇ ਨਾਲ, ਯਾਨੀ ਕਿ ਪੁਲਿਸ ਮੁਲਾਜ਼ਮਾਂ ਦੇ ਨਾਲ ਹੀ ਉੱਥੇ ਕੁੱਟਮਾਰ ਕੀਤੀ ਗਈ। ਇੱਕ ਮਹਿਲਾ ਪੁਲਿਸ ਮੁਲਾਜ਼ਮ ਨੂੰ ਵੀ ਕੁੱਟਿਆ ਗਿਆ, ਜਿਸ ਦੀ ਬਾਹ ਟੁੱਟ ਗਈ ਹੈ, ਜੋ ਜਾਣਕਾਰੀ ਮਿਲ ਪਾ ਰਹੀ ਹੈ। ਤਸਵੀਰਾਂ ਤੁਸੀਂ ਲਗਾਤਾਰ ਵੇਖ ਰਹੇ ਹੋ। ਵਿਨੋਦ ਸਬਰਵਾਲ ਸਾਡੇ ਨਾਲ ਜੁੜ ਚੁੱਕੇ ਨੇ। ਵਿਨੋਦ, ਮਾਮਲਾ ਪੂਰਾ ਕੀ ਹੈ? ਜੀ ਬਿਲਕੁਲ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜੇ ਪੁਲਿਸ ਮੁਲਾਜ਼ਮ ਸੁਰੱਖਿਅਤ ਨਹੀਂ ਹੈਗੇ, ਉੱਥੇ ਆਮ ਜਨਤਾ ਕਿੱਥੇ ਸੁਰੱਖਿਅਤ ਹੋਵੇਗੀ? ਅਸੀਂ ਉਸੇ ਮੌਕੇ ਜਗ੍ਹਾ ਤੇ ਮੌਜੂਦ ਹਾਂ ਜਿੱਥੇ ਪੁਲਿਸ ਮੁਲਾਜ਼ਮਾਂ ਦੇ ਨਾਲ ਕੁੱਟਮਾਰ ਕੀਤੀ ਗਈ ਹੈ। ਜਿਸ ਤਰ੍ਹਾਂ ਕਿ ਪਤਾ ਲੱਗਿਆ ਕਿ ਇੱਥੇ ਜਿਹੜਾ ਲੜਾਈ ਝਗੜਾ ਹੋ ਰਿਹਾ ਸੀ, ਨਸ਼ੇ ਦੇ ਵਿੱਚ ਜਿਹੜੇ 3 ਯੁਵਕ ਇੱਥੇ ਪਹੁੰਚੇ ਸਨ ਦੁਕਾਨਦਾਰ ਦੇ ਕੋਲ, ਤੇ ਉਹਦੇ ਨਾਲ ਜਿਹੜਾ ਗਾਲੀ ਗਲੋਚ ਕੀਤਾ ਜਾ ਰਿਹਾ ਸੀ। ਉਹਨੇ ਜਦੋਂ ਪੁਲਿਸ ਨੂੰ ਸੂਚਿਤ ਕੀਤਾ ਤੇ PCR 8 ਜਿਹੜੀ ਇੱਥੇ ਪਹੁੰਚੀ ਤੇ ਉਹਦੇ ਵਿੱਚ ਇੱਕ ਕਾਂਸਟੇਬਲ ਤੇ ਇੱਕ ਲੇਡੀਜ਼ ਕਾਂਸਟੇਬਲ ਇੱਥੇ ਪਹੁੰਚੇ। ਜਦ ਉਹਨਾਂ ਨੇ ਉਹਨਾਂ 3 ਯੁਵਕਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਉਹਨਾਂ ਦੇ ਨਾਲ ਹੀ ਕੁੱਟਮਾਰ ਸ਼ੁਰੂ ਕਰ ਦਿੱਤੀ। ਇੱਥੋਂ ਦੇ ਲੋਕਾਂ ਦਾ ਵੀ ਕਹਿਣਾ ਕਿ ਲੇਡੀਜ਼ ਮੁਲਾਜ਼ਮ ਨੂੰ ਜਿਹੜਾ ਸੜਕ ਦੇ ਉੱਪਰ ਸੁੱਟ ਕੇ ਜਿਹੜਾ ਉਹਦੇ ਲੱਤਾਂ ਮਾਰੀਆਂ ਗਈਆਂ। ਔਰ ਤੋਂ ਇਲਾਵਾ ਇੱਕ ਜਿਸ ਤਰ੍ਹਾਂ ਕਿ ਤੁਸੀਂ ਵੀਡੀਓ ਦੇਖ ਰਹੇ ਹੋ, ਉਹਦੇ ਵਿੱਚ ਜਿਹੜਾ ਇਹ ਇੱਕ ਯੁਵਕ ਨੇ ਡੰਡਾ ਫੜਿਆ ਹੋਇਆ ਜਿਹੜਾ ਪੁਲਿਸ ਮੁਲਾਜ਼ਮ ਦੇ ਵੀ ਮਾਰਦਾ ਪਿਆ। ਔਰ ਤੋਂ ਇਲਾਵਾ ਇੱਥੋਂ ਦੇ ਲੋਕਾਂ ਨੇ ਵੀ ਕਿਹਾ ਹੈ ਕਿ ਕਾਫੀ ਜਿਹੜੀ ਹੈ ਪੁਲਿਸ ਮੁਲਾਜ਼ਮਾਂ ਨਾਲ ਵੀ ਉਹਨਾਂ ਨੇ ਕੁੱਟਮਾਰ ਕੀਤੀ ਹੈ, ਤੇ ਨਾਲ ਦੀ ਨਾਲ ਜਿਹੜਾ ਦੁਕਾਨਦਾਰ ਹੈ ਉਹਦੇ ਨਾਲ ਇੰਨੀ ਜ਼ਿਆਦਾ ਕੁੱਟਮਾਰ ਕੀਤੀ ਗਈ ਕਿ ਉਹਦੀ ਬਾਂਹ ਤੱਕ ਟੁੱਟ ਗਈ ਹੈ। ਉਹਦਾ ਇਲਾਜ ਜਿਹੜਾ ਸਿਵਲ ਹਸਪੀਟਲ 'ਚ ਚੱਲ ਰਿਹਾ ਹੈ। ਹੁਣ ਮੌਕੇ ਤੇ ACP ਵੀ ਪਹੁੰਚੇ ਹਨ, SHO ਵੀ ਪਹੁੰਚੇ ਹਨ। ਨਾਲ ਦੀ ਨਾਲ ਮੈਂ ਤੁਹਾਨੂੰ ਦੱਸ ਦਵਾਂ ਕਿ ਇੱਥੋਂ ਜਿਹੜਾ 500 ਮੀਟਰ ਦੀ ਦੂਰੀ ਦੇ ਉੱਪਰ 500 ਮੀਟਰ ਦੀ ਦੂਰੀ ਦੇ ਉੱਪਰ DVA 4 ਥਾਣਾ ਹੈਗਾ ਹੈ। ਉਹਦੇ ਬਾਵਜੂਦ ਵੀ ਜਿਹੜੇ ਨਸ਼ੇ 'ਚ ਲਿਪਤ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਪੁਲਿਸ ਦਾ ਬਿਲਕੁਲ ਵੀ ਖੌਫ ਨਹੀਂ ਹੈਗਾ ਜੀ। ਮੈਂ ਇੱਕ ਚੀਜ਼ ਇੱਥੇ ਸਮਝ ਨਹੀਂ ਚਾਹ ਰਿਹਾ ਵਿਨੋਦ, ਕਿ ਸਾਰਾ ਕੁਛ ਸ਼ਰੇਆਮ ਹੁੰਦਾ ਰਿਹਾ, ਪੁਲਿਸ ਮੁਲਾਜ਼ਮਾਂ ਦੇ ਨਾਲ ਕੁੱਟਮਾਰ ਹੁੰਦੀ ਰਹੀ, ਇੱਕ ਮਹਿਲਾ ਪੁਲਿਸ ਮੁਲਾਜ਼ਮ ਤੱਕ ਨੂੰ ਕੁੱਟਿਆ ਗਿਆ, ਔਰ ਜੋ ਜਾਣਕਾਰੀ ਤੁਸੀਂ ਦੇ ਰਹੇ ਹੋ ਕਿ ਕੋਲ ਹੀ ਥਾਣਾ ਹੈਗਾ। ਸਵਾਲ ਵੱਡੇ ਨੇ ਕਿ ਲਾਅ ਐਂਡ ਆਰਡਰ ਨੂੰ ਲੈ ਕੇ ਕੀ ਸਵਾਲ ਉੱਠਣੇ ਵਾਜਬ ਨੇ, ਔਰ ਸਭ ਤੋਂ ਵੱਡੀ ਗੱਲ ਇਸ ਪੂਰੇ ਮਾਮਲੇ ਨੂੰ ਲੈ ਕੇ ਕਿ ਸ਼ਿਕਾਇਤ ਮਿਲਣ ਤੋਂ ਬਾਅਦ ਜੇ PCR ਦੀ ਟੀਮ ਮੌਕੇ ਤੇ ਪਹੁੰਚਦੀ, ਉਸ PCR ਮੁਲਾਜ਼ਮਾਂ ਨਾਲ ਕੁੱਟਮਾਰ ਕੀਤੀ ਜਾਂਦੀ ਹੈ, ਤਾਂ ਸਵਾਲ ਹੋਰ ਵੱਡੇ ਨੇ। ਜੀ ਬਿਲਕੁਲ, ਪੁਲਿਸ ਦੇ ਉੱਪਰ ਬੜੇ ਸਵਾਲ ਖੜੇ ਹੁੰਦੇ ਆ, ਕਿਉਂਕਿ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਕਿ CCTV ਕੈਮਰੇ ਲੱਗੀ ਜਿਹੜੀ ਪੁਲਿਸ ਹੁਣ ਖੰਗਾਰ ਰਹੀ ਹੈ। ਇਸ ਮੌਕੇ ਤੇ ਜਿੱਥੇ ਦੁਕਾਨਦਾਰ ਦੇ ਨਾਲ ਕੁੱਟਮਾਰ ਹੋ ਰਹੀ ਸੀ, ਮੌਕੇ ਤੇ ਪੁਲਿਸ ਜਿਹੜੀ ਲੋਕਾਂ ਨੂੰ ਬਚਾਉਣ ਲਈ ਪਹੁੰਚਦੀ ਹੈ, ਪਰ ਉਹਦੇ ਨਾਲ ਹੀ ਜੇ ਕੁੱਟਮਾਰ ਹੋਣੀ ਸ਼ੁਰੂ ਹੋ ਜਾਵੇ ਉੱਥੇ ਲਾਅ ਐਂਡ ਆਰਡਰ ਦਾ ਬਿਲਕੁਲ ਖਤਮ ਹੋ ਜਾਂਦਾ ਹੈ। ਪੁਲਿਸ ਦੇ ਉੱਪਰ ਜਿਹੜੇ ਬਹੁਤ ਵੱਡੇ ਸਵਾਲ ਖੜੇ ਆਉਂਦੇ ਹਨ,
ਪਰ ਇਸ ਬਾਰੇ ਜਦੋਂ ਅਸੀਂ SHO ਨਾਲ ਜਦੋਂ ਗੱਲ ਕੀਤੀ ਗਈ ਡਿਵੀਜ਼ਨ ਨੰਬਰ SHO 4 ਦੇ ਨਾਲ ਤਾਂ ਉਹਨਾਂ ਨੇ ਕਿਹਾ ਕਿ ਮਾਮਲੇ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ ਤੇ ਲਗਾਤਾਰ ਜਿਹੜੀ CCTV ਹੈ ਉਹ ਫੁਟੇਜ ਕੰਗਾਲੀ ਜਾ ਰਹੀ ਹੈ ਤੇ ਉਹਨਾਂ ਤੇ ਮਾਮਲਾ ਦਰਜ ਕਰਕੇ ਨੌਜਵਾਨਾਂ ਦੇ ਉੱਪਰ ਤੇ ਜਲਦੀ ਉਹਨਾਂ ਨੂੰ ਫੜਿਆ ਜਾਵੇ। ਠੀਕ ਹੈ, ਧੰਨਵਾਦ ਜੀ ਉਹਨਾਂ ਦਾ ਸਾਰੀ ਜਾਣਕਾਰੀ ਲਈ। ਸੋ ਬਿਲਕੁਲ ਤਸਵੀਰਾਂ ਤੁਸੀਂ ਲਗਾਤਾਰ ਵੇਖ ਰਹੇ ਹੋ ਜਲੰਧਰ ਦੀਆਂ ਤਸਵੀਰਾਂ ਜਿੱਥੇ ਪੁਲਿਸ ਮੁਲਾਜ਼ਮਾਂ ਦੇ ਨਾਲ ਕੁੱਟਮਾਰ ਕੀਤੀ ਗਈ ਹੈ। ਨਹੀਂ ਇੱਕ ਮਹਿਲਾ ਪੁਲਿਸ ਮੁਲਾਜ਼ਮ ਨੂੰ ਵੀ ਜੰਮ ਕੇ ਕੁੱਟਿਆ ਗਿਆ। ਕੀ ਤੁਸੀਂ 12ਵੀਂ 2015 2016 ਜਾਂ 2017 ਚ ਪਾਸ ਕੀਤੀ ਹੈ? ਤੁਹਾਨੂੰ ਲੱਗਦਾ ਤੁਹਾਡਾ ਪੜ੍ਹਾਈ ਤੋਂ ਬਾਅਦ ਗੈਪ ਪੈ ਗਿਆ ਤੇ ਰਿਜੈਕਸ਼ਨ ਹੋਣ ਦੇ ਡਰ ਤੋਂ ਤੁਹਾਡਾ ਕੈਨੇਡਾ ਜਾ ਕੇ ਪੜ੍ਹਾਈ ਕਰਨ ਦਾ ਸੁਪਨਾ ਪੂਰਾ ਨਹੀਂ ਹੋ ਪਾ ਰਿਹਾ? ਹੁਣੇ ਫੋਨ ਚੱਕੋ, ਆਪਣੀ ਅਪਾਇੰਟਮੈਂਟ ਬੁੱਕ ਕਰੋ ਤੇ ESS ਗਲੋਬਲ ਦੇ ਕੈਨੇਡਾ ਸੈਮੀਨਾਰ ਦਾ ਹਿੱਸਾ